ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੇ ਕੀ ਗਤ ਕਹੀ ਨਾ ਜਾਏ। ਸੋ ਬੱਚਿਓ, ਚਾਰ ਪੌੜੀਆਂ ਸੁਣਨ ਦੀਆਂ ਕਰਨ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਮੰਨਣ ਦੀ, ਕਿਉਂਕਿ ਸੁਣਨਾ ਬਹੁਤ ਇੰਪੋਰਟੈਂਟ ਹੈ ਭਾਵੇਂ, ਪਰ ਜਿੰਨੀ ਦੇਰ ਤੱਕ ਅਸੀਂ ਸੁਣੀ ਹੋਈ ਗੱਲ ਉੱਤੇ ਅਮਲ ਨਹੀਂ ਕਰਦੇ, ਉਸ ਨੂੰ ਮੰਨ ਨਹੀਂ ਲੈਂਦੇ, ਉਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਨਹੀਂ ਕਰ ਲੈਂਦੇ ਜੋ ਕੁਝ ਅਸੀਂ ਸੁਣਿਆ ਹੈ, ਤਾਂ ਫਿਰ ਉਸ ਗੱਲ ਦੀ ਇੰਪੋਰਟੈਂਸ ਨਹੀਂ ਰਹਿ ਜਾਂਦੀ। ਸੁਣ ਤਾਂ ਅਸੀਂ ਲਿਆ, ਸਮਝ ਵੀ ਅਸੀਂ ਲਿਆ, ਕਈ ਵਾਰੀ ਸਮਝਾ ਵੀ ਅਸੀਂ ਲਿਆ, ਪਰ ਜੇ ਸਾਰਾ ਕੁਝ ਕਰਨ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਵਿੱਚ ਉਸ ਚੀਜ਼ ਨੂੰ ਅਮਲੀ ਰੂਪ ਨਹੀਂ ਨਾ ਦਿੰਦੇ, ਤਾਂ ਫਿਰ ਉਸ ਗੱਲ ਦੀ ਕੋਈ ਵੀ ਵੈਲਿਊ ਨਹੀਂ ਰਹਿ ਜਾਂਦੀ। ਇਸ ਕਰਕੇ ਚਾਰ ਪੌੜੀਆਂ ਸੁਣਿਆ ਦੀਆਂ ਕਰਨ ਤੋਂ ਬਾਅਦ ਸਾਨੂੰ ਦੱਸਣ ਤੋਂ ਬਾਅਦ ਕਿ ਸੁਣਨ ਦੀ ਕੀ ਇੰਪੋਰਟੈਂਸ ਹੈ, ਸੁਣਨ ਦੀ ਬਹੁਤ ਇੰਪੋਰਟੈਂਸ ਹੈ, ਆਪਾਂ ਪੜ੍ਹ ਲਿਆ, ਪਰ ਸੁਣਨ ਤੋਂ ਬਾਅਦ ਮੰਨਣਾ ਜਿਹੜਾ ਵੀ ਉਹ ਉਸ ਤੋਂ ਹੋਰ ਵੀ ਜ਼ਿਆਦਾ ਇੰਪੋਰਟੈਂਟ ਆ ਜਾਂਦਾ ਵੇ। ਸੋ ਇਹਨਾਂ ਚਾਰ ਪੌੜੀਆਂ, ਅਗਲੀਆਂ ਚਾਰ ਪੌੜੀਆਂ ਦੀ, ਇਹਨਾਂ ਸਾਰੀਆਂ ਨੂੰ ਅਸੀਂ ਮੰਨੇ ਦੀਆਂ ਪੌੜੀਆਂ ਕਹਿ ਦਿੰਦੇ ਹਾਂ। ਚਾਰ ਪੌੜੀਆਂ ਕਿਹਾ ਸੀਗਾ ਕਿ ਚਾਰਾਂ ਦਾ ਗਰੁੱਪ ਹੈ ਸੁਣਨ ਦਾ, ਹੁਣ ਚਾਰ ਪੌੜੀਆਂ ਦਾ ਗਰੁੱਪ ਹੈ ਮੰਨਣ ਦਾ। ਇਹ ਪਹਿਲੀ ਪੌੜੀ ਹੈ ਮੰਨੇ ਦੀਆਂ ਪੌੜੀਆਂ ਦੇ ਵਿੱਚ, ਅਤੇ ਪਹਿਲੀ ਪੌੜੀ ਦੇ ਵਿੱਚ ਸਾਨੂੰ ਕਹਿੰਦੇ ਨੇ ਕਿ ਮੰਨਣ ਵਾਲੇ ਦੀ ਕੀ ਹਾਲਤ ਹੈ, ਕੀ ਆਤਮਕ ਅਵਸਥਾ ਹੈ ਨਾ, ਉਹਦੇ ਬਾਰੇ ਗੱਲ ਨਹੀਂ ਦੱਸੀ ਜਾ ਸਕਦੀ। ਇੱਕ ਗੱਲ ਦਾ ਬੱਚਿਓ ਧਿਆਨ ਰੱਖਣਾ ਹੈ ਕਿ ਜਿਹੜੀਆਂ ਮੰਨੇ ਦੀਆਂ ਚਾਰ ਪੌੜੀਆਂ ਨੇ ਨਾ, ਪਹਿਲੀ ਪੌੜੀ ਦੇ ਵਿੱਚ ਜਿਹੜੀ ਅੱਜ ਅਸੀਂ ਕਰਨੀ ਹੈ, ਉਹਦੇ ਵਿੱਚ ਮੰਨੇ ਦੇ ਉੱਤੇ ਲਾਂ ਪਾਈ ਹੋਈ ਹੈ, ਬਾਕੀ ਤਿੰਨਾਂ ਪੌੜੀਆਂ ਉੱਤੇ ਦੁਲਾਵਾਂ ਨੇ, ਤਾਂ ਉਹਨਾਂ ਦੇ ਮੀਨਿੰਗ ਵਿੱਚ ਫਰਕ ਹੈ। ਹੁਣ ਇਸ ਥਾਂ ਉੱਤੇ ਜਿਹੜੀ ਮੰਨੇ ਇੱਕ ਲਾਂ ਵਾਲਾ ਹੈ, ਇਸ ਮੰਨੇ ਦਾ ਅਰਥ ਆ ਜਾਂਦਾ ਹੈ ਕਿ ਉਸ ਪ੍ਰਭੂ ਦਾ ਨਾਮ ਮੰਨਣ ਵਾਲੇ ਦੀ। ਮੰਨੇ ਦਾ ਕੀ ਅਰਥ ਹੈ ਕਿ ਉਸ ਈਸ਼ਵਰ ਦਾ ਜਿਹੜਾ ਨਾਮ ਮੰਨ ਲੈਂਦਾ ਹੈ, ਜਾਂ ਉਸਦੇ ਨਾਮ ਨੂੰ ਜਿਹੜਾ ਆਪਣੇ ਮਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਉਸ ਦੀ ਅਵਸਥਾ ਕੀ ਹੁੰਦੀ ਹੈ। ਭਾਵ ਜਿਹੜਾ ਮਨੁੱਖ ਮਨ ਬਚ ਕਰਮ ਕਰਕੇ ਨਾਮ ਨੂੰ ਮੰਨ ਲੈਂਦਾ ਹੈ, ਉਸ ਦੀ ਅਵਸਥਾ, ਉਸ ਦੀ ਹਾਲਤ, ਉਸਨੇ ਕੀ ਪ੍ਰਾਪਤ ਕੀਤਾ ਉਹਦੇ ਵਿੱਚੋਂ, ਉਹ ਕਹੀ ਨਹੀਂ ਜਾ ਸਕਦੀ। ਗੱਤ ਦਾ ਮਤਲਬ ਕਿ ਉਹਦੀ ਉੱਚ ਆਤਮਕ ਅਵਸਥਾ, ਕਿ ਉਸ ਉੱਚ ਆਤਮਕ ਅਵਸਥਾ ਨੂੰ ਦੱਸਿਆ ਨਹੀਂ ਜਾ ਸਕਦਾ ਜਿਹੜਾ ਮਨੁੱਖ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਂਦਾ ਹੈ। ਕਹੀ ਨਾ ਜਾਏ ਦਾ ਮਤਲਬ ਦੱਸੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ ਉਸਦੀ ਹਾਲਤ। ਮੰਨੇ ਕੀ ਗੱਤ ਕਹੀ ਨਾ ਜਾਏ, ਮੰਨਣ ਵਾਲੇ ਦੀ ਉਹਦੀ ਹਾਲਤ ਕੀ ਹੈ, ਅੰਦਰਲੀ ਆਤਮਕ ਅਵਸਥਾ ਕੀ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਹੁਣ ਇਹ ਗੱਲ ਪਹਿਲੀ ਤੁਕ ਦੇ ਵਿੱਚ ਕੀ ਆ ਗਈ ਕਿ ਸੁਣਨ ਤੋਂ ਬਾਅਦ ਜਿਹੜੀ ਮੰਨਣ ਦੀ ਗੱਲ ਕੀਤੀ ਹੈ ਨਾ, ਅਸੀਂ ਦੇਖਦੇ ਹਾਂ ਗੁਰਬਾਣੀ ਵਿੱਚ ਬੜੀਆਂ ਥਾਵਾਂ 'ਤੇ ਕੀ ਕਹਿੰਦੇ ਨੇ ਕਿ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ। ਗਾਣਾ ਸੁਣਨਾ ਉਹਦਾ ਥਾਂ ਪੈਂਦਾ ਹੈ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਣੀ, ਜਿਹੜਾ ਮੰਨ ਲੈਂਦਾ ਗੁਰੂ ਜੀ ਹੁਕਮ ਨੂੰ। ਸੁਣਨਾ ਇੰਪੋਰਟੈਂਟ ਹੈ, ਪਰ ਮੰਨਣਾ ਉਹਦਾ ਹੀ, ਮਤਲਬ ਗਾਵਿਆ ਸੁਣਿਆ ਉਹਦਾ ਹੀ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਪੈਂਦਾ ਏ ਜਿਹੜਾ ਉਸ ਗੱਲ ਨੂੰ ਮੰਨ ਲੈਂਦਾ ਹੈ। ਸੋ ਹੁਣ ਮੰਨਣ ਜਿਹੜਾ ਮੰਨ ਲੈਂਦਾ ਏ, ਅਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਉਸ ਦੀ ਆਤਮਕ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਸਿਰਫ ਮੰਨਣ ਵਾਲਾ ਹੀ ਜਾਣਦਾ ਹੈ ਕਿ ਉਹਦੇ ਉਹਨੂੰ ਕਿਹੜੇ ਐਕਸਪੀਰੀਅੰਸਿਸ ਹੋਏ ਨੇ, ਕਿਹੜੇ ਉੱਚ ਆਤਮਕ ਤਜਰਬੇ ਹੋਏ ਨੇ, ਇਹ ਗੱਲ ਉਹਨੂੰ ਹੀ ਪਤਾ ਹੁੰਦਾ ਵੇ। ਦੂਜਾ ਪਹਿਲੀ ਗੱਲ ਤਾਂ ਉਹ ਜਾਣ ਹੀ ਨਹੀਂ ਸਕਦਾ,
ਤੇ ਜੇ ਜਿਹੜਾ ਜਾਣ ਵੀ ਲੈਂਦਾ ਹੈ ਨਾ ਉਹ ਦੱਸ ਵੀ ਨਹੀਂ ਸਕਦਾ। ਸੋ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਤੇ ਜੇ ਕੋਈ ਬੜੀ ਆਪਾਂ ਕਹਿੰਦੇ ਹਾਂ ਸ਼ੇਖੀ ਮਾਰੇ, ਜੇ ਕੋਈ ਬੜੀ ਫੜ ਮਾਰੇ ਵੀ ਮੈਨੂੰ ਤਾਂ ਸਭ ਕੁਝ ਪਤਾ ਲੱਗ ਗਿਆ ਹੈ, ਤਾਂ ਕੀ ਏ ਕਹੈ ਕਹਿ ਕੇ। ਪਿੱਛੇ ਦਾ ਮਤਲਬ ਬਾਅਦ ਵਿੱਚ, ਪਛਤਾਏ ਦਾ ਮਤਲਬ ਉਸਨੂੰ ਪਛਤਾਵਾ ਹੁੰਦਾ ਹੈ। ਜੇ ਕੋਈ ਕਵੇ ਕਿ ਮੈਂ ਮੰਨਣ ਵਾਲੇ ਦੀ ਹਾਲਤ ਦੱਸ ਸਕਦਾ ਵਾਂ, ਜਾਂ ਜੇ ਕੋਈ ਇਹੀ ਕਵੇ ਕਿ ਵੀ ਮੈਂ ਆਪਣੇ ਜਿਹੜੇ ਤਜਰਬੇ ਨੇ ਉਹ ਬਿਆਨ ਕਰ ਸਕਦਾ ਵਾਂ, ਤਾਂ ਉਹਨੂੰ ਪਛਤਾਵਾ ਹੋਏਗਾ, ਕਿਉਂਕਿ ਉਹ ਸਾਰੀ ਦੀ ਸਾਰੀ ਗੱਲ ਉਹ ਮੰਨਣ ਵਾਲੇ ਦੀ ਹਾਲਤ ਮਨ ਦੀ ਉਹ ਬਿਆਨ ਨਹੀਂ ਕਰ ਸਕਦਾ। ਜੇ ਕੋ ਕਹੈ, ਜੇ ਕੋਈ ਕਵੇ ਬਈ ਮੈਂ ਦੱਸ ਸਕਦਾ ਹਾਂ, ਤਾਂ ਫੇਰ ਕੀ ਹੈ ਉਸਨੂੰ ਪਿੱਛੇ ਦਾ ਮਤਲਬ ਇਹ ਗੱਲ ਕਰਨ ਤੋਂ ਬਾਅਦ ਉਹਨੂੰ ਪਛਤਾਏ, ਪਛਤਾਵਾ ਹੀ ਹੁੰਦਾ ਹੈ, ਉਹਨੂੰ ਅਫਸੋਸ ਹੁੰਦਾ ਹੈ ਕਿ ਵੀ ਮੈਂ ਕੀ ਗੱਲ ਕਹਿ ਦਿੱਤੀ, ਮੈਂ ਤੇ ਸਾਰੀ ਗੱਲ ਸਾਰੀ ਬਿਆਨ ਕਰ ਹੀ ਨਹੀਂ ਸਕਦਾ। ਸੋ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ, ਜੇ ਕੋਈ ਕਹਿ ਦੇਵੇ ਕਿ ਵੀ ਮੈਂ ਦੱਸ ਸਕਦਾ ਵਾਂ, ਤਾਂ ਪਿੱਛੇ ਪਛਤਾਏ, ਉਸ ਨੂੰ ਪਛਤਾਵਾ ਹੁੰਦਾ ਹੈ। ਕਾਗਜ਼ ਕਲਮ ਨਾ ਲਿਖਣ ਹਾਰ, ਹੁਣ ਮੰਨਣ ਵਾਲੇ ਦੀ ਕੀ ਅਵਸਥਾ ਹੋਵੇ, ਉਹਨੂੰ ਕਿਸੇ ਕਾਗਜ਼ ਉੱਤੇ ਵੀ ਨਹੀਂ ਲਿਖਿਆ ਜਾ ਸਕਦਾ। ਕਲਮ ਕੋਈ ਐਸੀ ਕਲਮ ਨਹੀਂ, ਕੋਈ ਐਸਾ ਆਪਾਂ ਕਹਿ ਲਈਏ ਕਿ ਪੈਨ ਪੈਨਸਿਲ ਨਹੀਂ, ਜਿਹਦੇ ਨਾਲ ਮੰਨਣ ਵਾਲੇ ਦੀ ਅਵਸਥਾ ਨੂੰ ਲਿਖਿਆ ਜਾ ਸਕਦਾ ਹੋਵੇ। ਲਿਖਣ ਹਾਰ ਦਾ ਮਤਲਬ ਕੋਈ ਵੀ ਲਿਖਣ ਵਾਲਾ ਬੰਦਾ ਐਸਾ ਨਹੀਂ ਮਿਲੇਗਾ ਜਿਹੜਾ ਮੰਨਣ ਵਾਲੇ ਦੀ ਅਵਸਥਾ ਨੂੰ ਲਿਖ ਸਕਦਾ ਹੋਵੇ। ਪਹਿਲੀ ਗੱਲ ਤੇ ਕਾਗਜ਼ ਉੱਤੇ ਨਹੀਂ ਲਿਖੀ ਜਾ ਸਕਦੀ, ਕਿਉਂਕਿ ਉਹ ਇੰਨਾ ਕੁ ਕਾਗਜ਼ ਸਾਨੂੰ ਚਾਹੀਦਾ ਹੋਵੇ ਕਿ ਜਿੰਨਾ ਕਾਗਜ਼ ਸਾਨੂੰ ਅਵੇਲੇਬਲ ਨਹੀਂ ਹੋ ਸਕਦਾ। ਭਾਵ ਕਿ ਉਸਦੀ ਅਵਸਥਾ ਇੰਨੀ ਡੂੰਘੀ, ਇੰਨੀ ਜ਼ਿਆਦਾ ਡੈਪਥ 'ਚ ਜਾ ਕੇ ਉਸ ਗੱਲ ਨੂੰ ਉਸਨੂੰ ਸਮਝ ਆ ਜਾਂਦੀ ਹੈ, ਉਸ ਨੂੰ ਨਾ ਤਾਂ ਕਾਗਜ਼ ਉੱਤੇ ਲਿਖਿਆ ਜਾ ਸਕਦਾ ਹੈ, ਨਾ ਹੀ ਕੋਈ ਸਾਡੇ ਕੋਲ ਐਸੀ ਕਲਮ ਬਣੀ ਹੈ ਜਿਹਦੇ ਨਾਲ ਅਸੀਂ ਉਸਨੂੰ ਕਾਗਜ਼ ਉੱਤੇ ਲਿਖ ਲਈਏ। ਭਾਵ ਕੀ ਹੈ ਕਿ ਅਮਿਤ ਕਾਗਜ਼ ਚਾਹੀਦਾ, ਅਮਿਤ ਦਾ ਮਤਲਬ ਜਿਹੜਾ ਮਿਲਿਆ ਨਾ ਜਾ ਸਕਦਾ ਹੋਵੇ, ਤੇ ਅਮਿਤ ਹੀ ਕਲਮ ਚਾਹੀਦੀ, ਇੰਨੀ ਜ਼ਿਆਦਾ ਕਲਮ ਚਾਹੀਦੀ, ਇੰਨੀ ਜ਼ਿਆਦਾ ਕਾਗਜ਼ ਚਾਹੀਦਾ ਹੋਵੇ ਬਈ ਉਸ ਉੱਤੇ ਲਿਖਣ ਦੇ ਲਈ ਸਾਡੇ ਕੋਲ। ਪਹਿਲੀ ਗੱਲ ਕਿ ਉਹ ਕਾਗਜ਼ ਕਲਮ ਅਵੇਲੇਬਲ ਹੀ ਨਹੀਂ ਹੋ ਸਕਦੇ, ਤੇ ਦੂਜੀ ਗੱਲ ਇਹ ਵੇ ਕਿ ਨਾ ਹੀ ਕੋਈ ਲਿਖਣ ਵਾਲਾ ਅਵੇਲੇਬਲ ਹੈ ਜਿਹੜਾ ਕਿ ਉਹ ਸਾਰੀ ਹਾਲਤ ਨੂੰ ਬਿਆਨ ਕਰ ਸਕੇ। ਬਿਲਕੁਲ ਉਸੇ ਤਰ੍ਹਾਂ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਕਿ ਜਿਵੇਂ ਪਰਮਾਤਮਾ ਬੇਅੰਤ ਹੈ ਨਾ, ਇਸੇ ਤਰ੍ਹਾਂ ਉਹ ਮੰਨਣ ਵਾਲਾ, ਜਿੰਨੇ ਪ੍ਰਭੂ ਦੇ ਹੁਕਮ ਨੂੰ ਮੰਨ ਲਾ, ਜਿਸ ਬੰਦੇ ਨੇ ਸੁਣ ਕੇ ਮੰਨ ਲਿਆ, ਜਿੰਨੀ ਸੁਣ ਮੰਨਿਆ ਹਰ ਨਾਮ, ਜਿਸ ਨੇ ਸੁਣ ਕੇ ਹਰੀ ਦੇ ਨਾਮ ਨੂੰ ਮੰਨ ਲਿਆ, ਉਸ ਬੰਦੇ ਦੀ ਹਾਲਤ ਇਹੋ ਜਿਹੀ ਅਵਸਥਾ, ਆਤਮਕ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ ਕਿ ਉਸ ਨੂੰ ਲਿਖਣ ਵਾਲਾ ਵੀ ਕੋਈ ਨਹੀਂ, ਨਾ ਹੀ ਕੋਈ ਐਸਾ ਕਾਗਜ਼ ਹੈ ਜਿਹਦੇ ਉੱਤੇ ਲਿਖਿਆ ਜਾ ਸਕਦਾ ਹੋਵੇ, ਤੇ ਨਾ ਹੀ ਕੋਈ ਐਸੀ ਕਲਮ ਹੈ ਜਿਸ ਦੇ ਨਾਲ ਲਿਖਿਆ ਜਾ ਸਕਦਾ ਹੋਵੇ। ਯਾਨੀ ਇਹੋ ਜਿਹੀ ਉੱਚ ਆਤਮਕ ਅਵਸਥਾ ਜਿਹੜੀ ਬਿਆਨ ਤੋਂ ਪਰੇ ਹੈ। ਕਾਗਜ਼ ਕਲਮ ਨਾ ਲਿਖਣ ਹਾਰ, ਇਹ ਨਾ ਜਿਹੜਾ ਨਾ ਦੋਨਾਂ ਦੇ ਨਾਲ ਕਾਮਨ ਆਉਂਦਾ ਪਿਆ, ਕਾਗਜ਼ ਤੇ ਕਲਮ ਦੇ ਨਾਲ ਤੇ ਲਿਖਣ ਹਾਰ ਦੇ ਨਾਲ। ਮੰਨੇ ਕਾ ਬੈ ਕਰਨ ਵਿਚਾਰ, ਜੇ ਵਿਚਾਰਵਾਨ ਲੋਕ ਇਕੱਠੇ ਹੋ ਕੇ ਬਹਿ ਕੇ, ਬਹਿ ਕੇ ਦਾ ਮਤਲਬ ਕੀ ਹੈ ਕਿ ਬੜੀਆਂ ਬਹੁਤ ਨਿੱਠ ਕੇ ਧਿਆਨ ਨਾਲ ਸਾਰੀਆਂ ਵਿਚਾਰਾਂ ਵੀ ਕਰਨ ਲੱਗ ਪੈਣ। ਮੰਨੇ ਕਾ ਬਹਿ ਕਰਨ ਵਿਚਾਰ, ਵਿਚਾਰ ਦਾ ਮਤਲਬ ਕੀ ਹੈ, ਉਹਦੀ ਗੱਲਬਾਤ ਕਰਨ ਦੀ ਸੋਚੀਏ, ਆਪਾਂ ਦੱਸੀਏ ਕਿ ਉਹਦੀ ਅਵਸਥਾ ਕਿਹੋ ਜਿਹੀ ਹੋਵੇਗੀ, ਤਾਂ ਵੀ ਜਿੰਨੇ ਮਰਜ਼ੀ ਵਿਚਾਰਵਾਨ ਲੋਕ ਹੋ ਜਾਣ, ਜਿੰਨੇ ਮਰਜ਼ੀ ਉਹ ਬਹਿ ਕੇ ਬੜੀ ਡੀਪ ਜਾ ਕੇ ਵਿਚਾਰ ਕਰਨ, ਬੜੇ ਧਿਆਨ ਨਾਲ ਵਿਚਾਰ ਕਰਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਿੱਠ ਕੇ ਵਿਚਾਰ ਕਰਨ, ਬਈ ਹਰ ਗੱਲ ਨੂੰ ਨਿੱਕੀ ਨਿੱਕੀ ਨਿੱਕੇ ਨਿੱਕੇ ਪੁਆਇੰਟ ਨੂੰ ਲੈ ਕੇ ਉਸ ਨੂੰ ਐਕਸਪਲੇਨ ਕਰਨ, ਤਾਂ ਵੀ ਉਸ ਮੰਨਣ ਵਾਲੇ ਦੀ ਗੱਲ ਨਹੀਂ, ਵਿਚਾਰ ਨਹੀਂ ਕੀਤੀ ਜਾ ਸਕਦੀ, ਚਾਹੇ ਕਿੰਨੇ ਵੀ ਵਿਚਾਰਵਾਨ ਲੋਕ ਇਕੱਠੇ ਹੋ ਕੇ ਕਿਉਂ ਨਾ ਬੈਠ ਜਾਣ। ਐਸਾ ਨਾਮ
निरंजन होए। निरंजन का मतलब की होंगे निर जमा अंजन, अंजन कहने ने कालक नो। इत्थे केड़ी कालक है? माया दी कालक, दुनियावी चीजां दी, जिन्हों असी कह दें ना भी लोभ दी कालक, मोह दी कालक, ए सारी जिहड़ी है ना दुनियावी चीजां दी, लालच जिहड़ा साडे मन दे विच हर चीज दा आ जांदा वे। तो कहिंदे जिवें परमात्मा दा ऐसा नाम, क्योंकि इत्थे गल किहदी कीती जा रही है, नाम नूं मन्नण वाले दी। ते नाम जिहड़ा वे ਉਹ ਨਿਰਅੰਜਨ ਹੈ, ਉਹ ਮਾਇਆ ਤੋਂ ਨਿਰਲੇਪ ਹੈ। ਮਾਇਆ ਦੀ ਕਾਲਖ ਦਾ ਉਹਦੇ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ, ਮਾਇਆ ਦੀ ਕਾਲਖ ਤੋਂ ਮੁਕਤ ਹੈ। ਭਾਵ ਕਿ ਉਹ ਬੜਾ ਪਵਿੱਤਰ ਹੈ, ਸ਼ੁੱਧ ਹੈ। ਪ੍ਰਭੂ ਦਾ ਨਾਮ ਜਿਹੜਾ ਵੇ ਉਹ ਕੀ ਹੈ? ਉਹ ਨਿਰਅੰਜਨ ਹੈ। ਹੁਣ ਪ੍ਰਭੂ ਦਾ ਨਾਮ ਕਿਵੇਂ ਨਿਰਅੰਜਨ ਹੈ, ਪ੍ਰਭੂ ਦਾ ਨਾਮ ਕਿਵੇਂ ਮਾਇਆ ਤੋਂ ਰਹਿਤ ਹੈ ਜਾਂ ਸ਼ੁੱਧ ਹੈ? ਕਿਉਂਕਿ ਪ੍ਰਭੂ ਨਿਰਅੰਜਨ ਹੈ, ਪਰਮਾਤਮਾ ਜਿਹੜਾ ਹੈ ਨਾ ਉਹ ਮਾਇਆ ਤੋਂ ਨਿਰਲੇਪ ਹੈ। ਤੇ ਕਿਉਂਕਿ ਪ੍ਰਭੂ ਨਿਰਲੇਪ ਹੈ, ਇਸ ਕਰਕੇ ਉਸਦਾ ਨਾਮ ਵੀ ਨਿਰਲੇਪ ਹੈ। ਉਸ ਦੇ ਨਾਮ ਉੱਤੇ ਵੀ ਕਾਲਖ ਦੀ ਕੋਈ ਵੀ ਚੜਤ ਜਿਹੜੀ ਹੈ ਉਹ ਨਹੀਂ ਹੁੰਦੀ, ਕਾਲਖ ਤੋਂ ਰਹਿਤ ਹੁੰਦਾ ਵੇ ਪ੍ਰਭੂ ਦਾ ਨਾਮ ਵੀ। ਸੋ ਐਸਾ ਨਾਮ ਨਿਰਅੰਜਨ ਹੋਏ। ਤੇ ਅਗਲੀ ਤੁਕ ਕਿਹੜੀ ਆ ਜਾਂਦੀ ਹੈ? ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਉਸ ਦੇ ਨਾਮ ਦਾ ਮਨਨ ਕਰ ਲਵੇ, ਜੇ ਉਸ ਦੇ ਨਾਮ ਨੂੰ ਕੋਈ ਮੰਨ ਲਵੇ, ਜੇ ਉਸ ਦੇ ਹੁਕਮ ਨੂੰ ਕੋਈ ਮੰਨ ਲਵੇ, ਮਨ ਕੋਏ। ਹੁਣ ਬੱਚਿਓ ਇੱਥੇ ਕੀ ਹੈ? ਪਹਿਲੇ ਮਨ ਉੱਤੇ ਇਸ ਤੁਕ ਦੇ ਵਿੱਚ ਜਿਹੜਾ ਪਹਿਲਾ ਮਨ ਹੈ ਨਾ ਉਹਦੇ ਉੱਤੇ ਟਿੱਪੀ ਪਾਈ ਹੋਈ ਹੈ, ਤੇ ਜਿਹੜਾ ਦੂਜਾ ਮਨ ਆਉਂਦਾ ਨਾ ਉਹਦੇ ਉੱਤੇ ਟਿੱਪੀ ਨਹੀਂ ਪਾਈ ਹੋਈ। ਸੋ ਇਹਦੇ ਵਿੱਚ ਕੀ ਹੈ ਕਿ ਪਹਿਲਾ ਮਨ ਜਿਹੜਾ ਹੈ ਨਾ ਉਹ ਵੇ ਮੰਨਣਾ। ਜੇ ਕੋਈ ਇਸ ਗੱਲ ਨੂੰ ਮੰਨ ਲਵੇ, ਇਸ ਨੂੰ ਜਾਣ, ਇਸ ਗੱਲ ਨੂੰ ਜਾਣ ਲਵੇ, ਤੇ ਦੂਜੇ ਮਨ ਜਿਹਦੇ 'ਤੇ ਟਿੱਪੀ ਨਹੀਂ ਪਾਈ ਹੋਈ ਉਹਦਾ ਅਰਥ ਹੁੰਦਾ ਮਨ ਵਿੱਚ। ਜੇ ਕੋਈ ਆਪਣੇ ਮਨ ਵਿੱਚ ਉਸ ਪ੍ਰਭੂ ਦੇ ਨਾਮ ਨੂੰ ਮੰਨ ਲਵੇ, ਜੇ ਉਹਨੂੰ ਜਾਣ ਜਾਏ, ਜੇ ਕੋਈ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਧਾਰਨ ਕਰ ਲਵੇ, ਤਾਂ ਉਸ ਦਾ ਮਨ ਵੀ ਨਾਮ ਵਾਂਗ ਹੀ ਸ਼ੁੱਧ ਹੋ ਜਾਵੇਗਾ। ਹੁਣ ਇਹ ਦੋ ਤੁਕਾਂ ਦੀ ਬਾਰ ਬਾਰ ਰਿਪੀਟ ਹੋਣਗੀਆਂ ਬੱਚੇ, ਜਿਹਨਾਂ ਨੂੰ ਪਾਠ ਆਉਂਦਾ ਉਹ ਜਾਣਦੇ ਨੇ ਕਿ ਮੰਨੇ ਦੀਆਂ ਚਾਰਾਂ ਪੌੜੀਆਂ ਦੇ ਵਿੱਚ ਇਹ ਅਖੀਰਲੀਆਂ ਦੋ ਤੁਕਾਂ ਰਿਪੀਟ ਹੁੰਦੀਆਂ ਪਈਆਂ ਨੇ, ਜਿਵੇਂ ਸੁਨਿਆਂ ਦੀਆਂ ਪੌੜੀਆਂ ਵਿੱਚ ਸਨ। ਸੁਨਿਆਂ ਦੀਆਂ ਪੌੜੀਆਂ ਵਿੱਚ ਅਸੀਂ ਪੜ੍ਹਦੇ ਸਾਂ ਨਾ ਕਿ ਭਗਤਾਂ ਨਾਨਕ ਭਗਤਾਂ ਸਦਾ ਵਿਗਾਸ, ਸੁਨਿਆਂ ਦੁੱਖ ਪਾਪ ਕਾ ਨਾਸ, ਉਹ ਚਾਰਾਂ ਪੌੜੀਆਂ ਦੇ ਵਿੱਚ ਅਖੀਰਲੀਆਂ ਦੋ ਤੁਕਾਂ ਇਹ ਆਉਂਦੀਆਂ ਸਨ। ਇੱਥੇ ਚਾਰਾਂ ਪੌੜੀਆਂ ਦੇ ਵਿੱਚ ਅਖੀਰਲੀਆਂ ਤੁਕਾਂ ਇਹ ਆਉਂਦੀਆਂ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਹੁਣ ਕਿਉਂ ਗੁਰੂ ਸਾਹਿਬ ਨੇ ਰਿਪੀਟ ਕੀਤੀਆਂ ਨੇ? ਉਹ ਬਾਰ 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 ਸਾਨੂੰ ਇਸ ਗੱਲ ਨੂੰ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ ਕਿ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪ ਲੈਂਦਾ ਹੈ, ਜਿਹੜਾ ਮਨੁੱਖ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ, ਸੁਣ ਕੇ ਫਿਰ ਮਨ ਦੇ ਵਿੱਚ ਵਸਾ ਲੈਂਦਾ ਹੈ, ਤਾਂ ਉਹ ਮਨੁੱਖ ਵੀ ਬਿਲਕੁਲ ਉਸੇ ਤਰ੍ਹਾਂ ਸ਼ੁੱਧ ਹੋ ਜਾਂਦਾ ਵੇ ਜਿਵੇਂ ਪ੍ਰਭੂ ਸ਼ੁੱਧ ਹੈ। ਪ੍ਰਭੂ ਸ਼ੁੱਧ ਹੈ, ਪ੍ਰਭੂ ਪਵਿੱਤਰ ਹੈ, ਪ੍ਰਭੂ ਨਿਰਲੇਪ ਹੈ, ਇਸ ਕਰਕੇ ਉਸਦਾ ਨਾਮ ਵੀ ਮਾਇਆ ਤੋਂ ਨਿਰਲੇਪ ਹੈ। ਅਤੇ ਜਿਹੜਾ ਇਸ ਗੱਲ ਨੂੰ ਸਮਝ ਲਏਗਾ ਅਤੇ ਜਿਹੜਾ ਇਸ ਗੱਲ ਨੂੰ ਆਪਣੇ ਮਨ ਵਿੱਚ ਵਸਾ ਲਏਗਾ, ਜਾਣੇ ਦਾ ਮਤਲਬ ਕੀ ਆ ਜਾਂਦਾ? ਜਾਣ ਜਾਏਗਾ। ਜਾਣਨ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਦਿਮਾਗੀ ਤੌਰ 'ਤੇ ਸਮਝ ਆਵੇ। ਜਾਣਨ ਦਾ ਮਤਲਬ ਆ ਜਾਂਦਾ ਹੈ ਜਿਹੜਾ ਮਨੁੱਖ ਨਾਮ ਨੂੰ ਮਨ ਵਿੱਚ ਵਸਾ ਲਏਗਾ ਉਹ ਵੀ ਬਿਲਕੁਲ ਉਸੇ ਤਰ੍ਹਾਂ ਸ਼ੁੱਧ ਹੋ ਜਾਏਗਾ ਜਿਵੇਂ ਕਿ ਨਾਮ ਸ਼ੁੱਧ ਹੈ ਅਤੇ ਜਿਵੇਂ ਪ੍ਰਭੂ ਆਪ ਸ਼ੁੱਧ ਹੈ। ਕਿਉਂਕਿ ਪ੍ਰਭੂ ਨਿਰੰਜਨ ਹੈ, ਇਸ ਕਰਕੇ ਪ੍ਰਭੂ ਦਾ ਨਾਮ ਵੀ ਨਿਰੰਜਨ ਹੈ, ਅਤੇ ਨਾਲ ਹੀ ਜਿਹੜਾ ਉਸ ਨਾਮ ਨੂੰ ਮੰਨ ਲਏਗਾ, ਜਿਹੜਾ ਉਸ ਨਾਮ ਨੂੰ ਹਿਰਦੇ ਵਿੱਚ ਵਸਾ ਲਏਗਾ, ਉਸਦਾ ਹਿਰਦਾ ਵੀ ਉਸ ਨਾਮ ਦੀ ਤਰ੍ਹਾਂ ਹੀ, ਪ੍ਰਭੂ ਦੀ ਤਰ੍ਹਾਂ ਹੀ ਸ਼ੁੱਧ ਹੋ ਜਾਵੇਗਾ। ਸੋ ਐਸਾ ਨਾਮ ਨਿਰਅੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਸੋ ਹੁਣ ਸਾਰੀ ਪੌੜੀ ਦੇ ਵਿੱਚ ਸਾਨੂੰ
ਇਹਨਾਂ ਦਾ ਸਮੁੱਚਾ ਭਾਵ ਆਪਾਂ ਜਿਹੜਾ ਹੈ ਨਾ ਵੀ ਸਾਨੂੰ ਇਹਦੇ ਤੋਂ ਕੀ ਸਿੱਖਿਆ ਮਿਲਦੀ ਆ, ਆਪਾਂ ਚਾਰੋਂ ਪੌੜੀਆਂ ਜਿਸ ਵੇਲੇ ਪੜ੍ਹ ਲਾਂਗੇ ਨਾ ਬੱਚਿਓ, ਉਸ ਵੇਲੇ ਆਪਾਂ ਹਿੱਸਾ ਦਾ ਸਮਝਾਂਗੇ, ਗੱਲ ਕਰਾਂਗੇ। ਹੁਣ ਇਸ ਪਹਿਲੀ ਪੌੜੀ ਦੇ ਵਿੱਚ ਉਹ ਜਿਹੜੀ ਸਾਰੀ ਗੱਲ ਕਰਦੇ ਪਏ ਨੇ ਨਾ, ਉਹ ਗੱਲ ਇਹੀ ਕਰਦੇ ਪਏ ਨੇ ਕਿ ਮੰਨਣ ਵਾਲੇ ਦੀ, ਮੈਂ ਸ਼ੁਰੂ ਵਿੱਚ ਹੀ ਤੁਹਾਨੂੰ ਦੱਸਿਆ ਕਿ ਮੰਨੇ ਜਿੱਥੇ ਇੱਕ ਲਾਂ ਪਾਈਏ ਉਹਦਾ ਮਤਲਬ ਆ ਜਾਂਦਾ ਹੈ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨ ਲੈਂਦਾ ਹੈ, ਤੇ ਜਿਹੜਾ ਮੰਨ ਲੈਂਦਾ ਹੈ ਨਾ ਉਹਦੇ ਤੋਂ ਫਿਰ ਅਸੀਂ ਸਿਰਫ ਬਲਿਹਾਰੇ ਜਾ ਸਕਦੇ ਹਾਂ, ਅਸੀਂ ਉਹਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦੇ। ਉਹਨੇ ਆਪਾਂ ਤੋਂ ਪੜ੍ਹੀ ਨਾ ਕਿ ਜਿੰਨੀ ਸੁਣ ਮੰਨਿਆ ਹਰ ਨਾਉ ਤਿੰਨਾ ਹੋ ਵਾਰੀਆ, ਤਿੰਨਾ ਹੋ ਵਾਰੀਆ ਦਾ ਮਤਲਬ ਕੀ ਹੈ, ਮੈਂ ਉਹਦੇ ਤੋਂ ਬਲਿਹਾਰੇ ਜਾਂਦਾ ਹਾਂ, ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਮੈਂ ਉਸ ਦੀ ਤਾਰੀਫ ਕਰ ਸਕਾਂ, ਤੇ ਨਾਲ ਹੀ ਮੈਂ ਉਹਦੇ ਮਨ ਦੀ ਅਵਸਥਾ ਜਿਹੜੀ ਉਹ ਬਿਆਨ ਕਰ ਸਕਾਂ। ਜੇ ਕੋਈ ਕਵੇ ਕਿ ਮੈਂ ਬਿਆਨ ਕਰ ਸਕਦਾ ਵਾ ਉਹਦੇ ਮਨ ਦੀ ਅਵਸਥਾ, ਤਾਂ ਉਹਨੂੰ ਪਛਤਾਉਣਾ ਹੀ ਪਏਗਾ, ਤੇ ਨਾ ਹੀ ਕਿਸੇ ਤਰ੍ਹਾਂ ਨਾਲ ਉਸ ਦੀ ਗੱਲ ਨੂੰ ਲਿਖਿਆ, ਮੰਨਣ ਵਾਲੇ ਦੀ ਅਵਸਥਾ ਨੂੰ ਲਿਖਿਆ ਜਾ ਸਕਦਾ। ਚਾਹੇ ਦੁਨੀਆਂ ਦੇ ਸਾਰੇ ਵਿਚਾਰਵਾਨ ਲੋਕ ਇਕੱਠੇ ਹੋ ਕੇ ਬਹਿ ਜਾਣ ਵੀ ਅਸੀਂ ਇਹ ਵਿਚਾਰ ਕਰਕੇ ਲਿਖੀਏ, ਉਹ ਲਿਖ ਨਹੀਂ ਸਕਦੇ। ਪ੍ਰਭੂ ਦਾ ਨਾਮ ਐਸਾ ਹੈ ਤੇ ਪ੍ਰਭੂ ਦੇ ਨਾਮ ਨੂੰ ਮੰਨਣ ਵਾਲੇ ਦੀ ਅਵਸਥਾ ਵੀ ਐਸੀ ਹੈ ਜਿਹੜੀ ਬਿਆਨ ਤੋਂ ਪਰੇ ਹੈ। ਠੀਕ ਹੈ ਬੱਚਿਓ, ਸੋ ਆਓ ਫਿਰ ਇੱਕ ਵਾਰੀ ਪੌੜੀ ਦਾ ਪਾਠ ਕਰੀਏ, ਤੇ ਕੱਲ ਅਸੀਂ ਜਿਹੜੀ ਉਹ ਦੂਜੀ ਪੌੜੀ ਕਰਾਂਗੇ, ਇਸ ਤੋਂ ਅਗਲੀ ਮੰਨੇ ਦੀ, ਮੰਨੇ ਦੀਆਂ ਚਾਰ ਪੌੜੀਆਂ ਵਿੱਚੋਂ ਦੂਸਰੀ ਪੌੜੀ ਕਰਾਂਗੇ। ਸੋ ਆਓ ਇੱਕ ਵਾਰੀ ਫਿਰ ਇਸ ਸਾਰੀ ਪੌੜੀ ਦਾ ਪਾਠ ਕਰੀਏ। ਬੱਚਿਓ ਇਹ ਪਾਠ ਦੁਬਾਰਾ ਮੈਂ ਕਿਉਂ ਕਰਦੀ ਹਾਂ, ਦੋ ਕਾਰਨ ਨੇ। ਪਹਿਲੀ ਗੱਲ, ਤੇ ਜੋ ਕੁਝ ਅਸੀਂ ਜਦੋਂ ਪਹਿਲਾਂ ਪੜ੍ਹੀ ਸੀ ਹਲੇ ਉਦੋਂ ਅਸੀਂ ਅਰਥ ਨਹੀਂ ਸੀ ਸਮਝੇ, ਹੁਣ ਅਸੀਂ ਇਹਨਾਂ ਅਰਥਾਂ ਨੂੰ ਥੋੜ੍ਹਾ ਥੋੜ੍ਹਾ ਸਮਝ ਲਿਆ। ਮੈਂ ਥੋੜ੍ਹਾ ਥੋੜ੍ਹਾ ਵਰਡ ਵੀ ਬੱਚਿਓ ਤਾਂ ਯੂਜ਼ ਕੀਤਾ ਹੈ ਕਿਉਂਕਿ ਸਾਰੀ ਗੁਰਬਾਣੀ ਨੂੰ ਪੂਰੀ ਤਰ੍ਹਾਂ ਸਮਝਣਾ ਕਿਸੇ ਵੀ ਮਨੁੱਖ ਦੀ ਸਮਝ ਤੋਂ ਪਰੇ ਹੈ, ਮਤਲਬ ਉਹ ਨਹੀਂ ਸਮਝ ਸਕਦਾ। ਉਹ ਜਿਹੜੀ ਬਾਣੀ ਹੈ ਨਾ, ਉਹ ਜਿਉਂ ਜਿਉਂ ਪੜ੍ਹੀ ਜਾਵਾਂਗੇ, ਜਿਉਂ ਜਿਉਂ ਉਸ ਨੂੰ ਸਮਝਾਂਗੇ ਤੇ ਜਿਉਂ ਜਿਉਂ ਆਪਣੇ ਅੰਦਰ ਧਾਰਨ ਕਰਾਂਗੇ ਨਾ, ਤਿਉਂ ਤਿਉਂ ਸਾਡੇ ਮਨ ਦੀ ਅਵਸਥਾ ਵੀ ਬਦਲ ਜਾਂਦੀ ਹੈ ਤੇ ਸਾਨੂੰ ਨਵੇਂ ਨਵੇਂ ਅਰਥ ਉਹਦੇ ਵਿੱਚ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਪਹਿਲੀ ਗੱਲ ਤਾਂ ਇਹ ਕਿ ਜਦੋਂ ਅਸੀਂ ਪਹਿਲਾਂ ਪੜ੍ਹੀ ਸੀ ਉਦੋਂ ਅਸੀਂ ਹਾਲੇ ਅਰਥ ਨਹੀਂ ਸੀ ਸਮਝੇ। ਦੂਜੀ ਗੱਲ ਇਹ ਕਿ ਜਦੋਂ ਅਸੀਂ ਇਸ ਪੌੜੀ ਨੂੰ ਬਾਰ ਬਾਰ ਪੜ੍ਹਾਂਗੇ ਤਾਂ ਸਾਨੂੰ ਇਹ ਬਾਣੀ ਯਾਦ ਵੀ ਹੋ ਜਾਵੇਗੀ। ਠੀਕ ਹੈ, ਸੋ ਆਓ ਇੱਕ ਵਾਰੀ ਫਿਰ ਆਪਾਂ ਇਸ ਪੌੜੀ ਦਾ ਪਾਠ ਕਰਦੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।